ਬਾਦਲਾਂ ਦੇ ਹੱਕ 'ਚ ਬੋਲਦੇ ਵਿਖਾਈ ਦਿੱਤੇ ਹਰਿੰਦਰ ਸਿੰਘ ਖਾਲਸਾ। ਫਤਿਹਗੜ੍ਹ ਸਾਹਿਬ ਵਿਖੇ ਬਾਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਬਾਰ ਐਸੋਸੀਏਸ਼ਨ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਉਹਨਾਂ ਬਾਰ ਐਸੋਸੀਏਸ਼ਨ ਨੂੰ ਬਾਰ ਰੂਮ ਦੇ ਕੋਰੀਡੋਰ ਲਈ 15 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਹਰ ਕਿਸਮ ਦਾ ਨਸ਼ਾ ਬੰਦ ਹੋਣਾ ਚਾਹੀਦਾ ਹੈ। ਡਾਕਟਰ ਧਰਮਵੀਰ ਗਾਂਧੀ ਤਾਂ ਬਹੁਤ ਹੀ ਜ਼ਿੰਮੇਵਾਰ ਪੜ੍ਹੇ ਲਿਖੇ ਡਾਕਟਰ ਨੇ, ਸਮਾਜ ਸੇਵੀ ਨੇ। ਜਿਹੜੇ ਸਿੱਧੂ ਸਾਹਿਬ ਹੈ ਉਹ ਤਾਂ ਇੱਕ ਪ੍ਰੋਫੈਸ਼ਨਲ ਐਂਟਰਟੇਨਰ ਹੈ, ਤੋ ਜਿਹੜਾ ਇੱਕ ਪ੍ਰੋਫੈਸ਼ਨਲ ਐਂਟਰਟੇਨਰ ਹੈ ਉਹਦਾ ਤਾਂ ਪ੍ਰੋਫੈਸ਼ਨ ਲੋਕਾਂ ਨੂੰ ਹਸਾਉਣਾ, ਲੋਕਾਂ ਨੂੰ ਖੁਸ਼ ਰੱਖਣਾ, ਤੋ ਉਹ ਕੀ ਕਹਿੰਦਾ ਸਿੱਧੂ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਦੇਣਾ ਚਾਹੁੰਦਾ। ਹਾਂ, ਉਹਨਾਂ ਨੇ ਹਮਾਇਤ ਕੀਤੀ ਆ, ਤੋ ਇਹ ਮੇਰੇ ਵਾਸਤੇ ਇਰੈਲੀਵੈਂਟ ਹੈ ਕਿਉਂਕਿ ਮੈਂ ਇੱਕ ਪ੍ਰੋਫੈਸ਼ਨਲ ਐਂਟਰਟੇਨਰ ਦੀ ਗੱਲ ਦੇ ਉੱਪਰ ਕਮੈਂਟ ਨਹੀਂ ਕਰਨਾ ਚਾਹੁੰਦਾ। ਆਈ ਡੋਂਟ ਵਾਂਟ ਟੂ ਵੇਸਟ ਮਾਈ ਬ੍ਰੈਥ। ਜਿੱਥੋਂ ਤੱਕ ਗਾਂਧੀ ਸਾਹਿਬ ਦੀ ਗੱਲ ਹੈ, ਮੈਂ ਸਮਝਦਾ ਕਿ ਗਾਂਧੀ ਸਾਹਿਬ ਦਾ ਜਿੰਨਾ ਵੀ ਮਰਜ਼ੀ ਲੌਜਿਕ ਕਿਉਂ ਨਾ ਹੋਵੇ, ਮੈਨੂੰ ਅੰਗਰੇਜ਼ੀ ਦੀ ਇੱਕ ਕੋਟੇਸ਼ਨ ਗੱਲ ਯਾਦ ਹੈ, ਐਨ ਐਮਪਟੀ ਡੋਰ ਟੈਂਪਟਸ ਈਵਨ ਏ ਸੇਂਟ। ਜੇ ਅਸੀਂ ਅਫੀਮ ਨੂੰ ਇੱਥੇ ਸ਼ੁਰੂ ਕਰ ਦਾਂਗੇ ਤਾਂ ਮੇਰਾ ਖਿਆਲ ਹੈ ਵੀ ਇਟ ਵਿਲ ਬੀ ਈਜ਼ੀਲੀ ਅਵੇਲੇਬਲ, ਆਸਾਨੀ ਨਾਲ ਦਸਤਿਆਬ ਹੋਏਗੀ, ਔਰ ਹਰ ਬੰਦਾ ਕਹੇਗਾ ਵਾਈ ਨਾਟ ਟਰਾਈ ਓਪੀਮ ਆਲਸੋ, ਵਾਈ ਨਾਟ ਟਰਾਈ ਇਟ ਜਸਟ ਫੋਰ ਦਾ ਹੈਕ ਆਫ ਇਟ। ਸੋ ਮੇਰਾ ਆਪਣਾ ਖਿਆਲ ਹੈ ਕਿ ਨਸ਼ੇ ਸਾਰੇ ਹੀ ਬੰਦ ਹੋਣੇ ਚਾਹੀਦੇ ਹੈ। ਇਹ ਜਿਹੜੀ ਗਾਂਧੀ ਸਾਹਿਬ ਨੇ ਗੱਲ ਕੀਤੀ ਹੈ, ਮੈਨੂੰ ਲੱਗਦਾ ਕਿ ਮਰਜ਼ ਉਹਨੀ ਖਤਰਨਾਕ ਨਹੀਂ ਜਿੰਨਾ ਮਰਜ਼ ਦਾ ਜਿਹੜਾ ਇਲਾਜ ਹੈ ਉਹ ਖਤਰਨਾਕ ਕਰ ਦਿੱਤਾ। ਬੇਅਦਬੀ ਮਾਮਲੇ ਸੰਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਘਟਨਾਵਾਂ ਵਿੱਚ ਸ਼ਰਾਰਤੀ ਆਂਸਰਾਂ ਦਾ ਹੱਥ ਸੀ। ਮੇਰਾ ਖਿਆਲ ਹੈ ਵੀ ਮੈਂ ਤਾਂ ਜੋ 84 'ਚ ਜੋ ਹੋਇਆ ਸੀ ਉਹ ਬਹੁਤ ਵੱਡੀ ਗੱਲ ਹੋਈ ਸੀ। ਜਿਹੜਾ ਇਹ ਹੋਇਆ ਇਹ ਤਾਂ ਸ਼ਰਾਰਤੀ ਆਂਸਰਾਂ ਨੇ ਕੀਤਾ, ਉਹ ਉਸ ਵੇਲੇ ਦੀ ਹਕੂਮਤ ਨੇ ਕੀਤਾ ਸੀਗਾ। ਉਹ ਬਹੁਤ ਸੀਰੀਅਸ ਗੱਲ ਸੀ ਔਰ 84 ਦੀ, ਅਤੇ ਮੈਂ ਉਹਦੇ ਮੁਤਾਬਕ ਲਿਆ। ਜਿਹੜਾ ਇਹ ਸੈਕਰੀਲੇਜ ਹੋਇਆ, ਸੈਕਰੀਲੇਜ ਤਾਂ ਹਰ ਸੈਕਰੀਲੇਜ ਤਾਂ ਕਿਸੇ ਤਰ੍ਹਾਂ ਦਾ ਵੀ ਹੋਵੇ ਇਮੋਟਿਵ ਇਸ਼ੂ ਹੈ, ਸੀਰੀਅਸ ਹੁੰਦਾ, ਲੇਕਿਨ ਇਹ ਤਾਂ ਸ਼ਰਾਰਤੀ ਲੋਕਾਂ ਨੇ ਕੀਤਾ ਸੀ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਰਣਜੀਤ ਸਿੰਘ ਕਮਿਸ਼ਨ ਰਿਪੋਰਟ ਵਿੱਚ ਬਾਦਲ ਪਰਿਵਾਰ 'ਤੇ ਲੱਗੇ ਦੋਸ਼ਾਂ 'ਤੇ ਬੋਲਦਿਆਂ ਉਹਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਅਤੇ ਜਸਟਿਸ ਜੋਰਾ ਸਿੰਘ ਜਿਹੇ ਰਿਟਾਇਰ ਲੋਕਾਂ ਦੇ ਕਹਿਣ ਦਾ ਕੋਈ ਵਜੂਦ ਨਹੀਂ ਹੈ। ਫਤਿਹਗੜ੍ਹ ਸਾਹਿਬ ਤੋਂ ਅਜੀਤ ਵੈੱਬ ਟੀਵੀ ਲਈ ਜਤਿੰਦਰ ਸਿੰਘ ਰਾਠੌਰ ਦੀ ਰਿਪੋਰਟ। ਦੇਖੋ ਜੀ, ਚਾਹੇ ਜਸਟਿਸ ਜੋਰਾ ਸਿੰਘ ਹੋਵੇ, ਚਾਹੇ ਜਸਟਿਸ ਰਣਜੀਤ ਸਿੰਘ ਹੋਵੇ, ਇਹ ਜਸਟਿਸ ਜਦੋਂ ਰਿਟਾਇਰ ਹੋ ਜਾਂਦੇ ਨੇ ਉਦੋਂ ਬਾਅਦ ਇਹ ਤਾਂ ਮੈਂ ਨਾਂ ਦੇ ਹੀ ਜਸਟਿਸ ਹੁੰਦੇ ਆ ਜੀ। ਰਿਟਾਇਰ ਹੋਣ ਤੋਂ ਬਾਅਦ ਬੰਦੇ ਦੀ ਕੋਈ ਵੈਲਿਊ ਨਹੀਂ, ਕੋਈ ਗੱਲ ਨਹੀਂ। ਇਹ ਹੱਥ ਟੋਕੇ ਹੁੰਦੇ ਨੇ, ਉਹ ਕੋਈ ਅਕਾਲੀਆਂ ਦਾ ਹੱਥ ਟੋਕਾ ਆਉਣਾ, ਇਹ ਕਾਂਗਰਸ ਦਾ ਹੱਥ ਟੋਕਾ ਆਉਣਾ, ਇਹਦੇ ਕੋਲੋਂ ਜੋ ਮਰਜ਼ੀ ਕਾਲ ਹੋ ਜੀ ਇਹ ਕਹਿ ਦਿੰਦੇ ਨੇ। ਵਿਹਲੇ ਬੈਠੇ ਬੰਦੇ ਨੂੰ ਬੁਲਾ ਲਿਓ ਵੀ ਆਓ ਜੀ ਤੁਹਾਡੇ ਨਾਂ 'ਤੇ ਕਮਿਸ਼ਨ ਬਣਾਵਾਂਗੇ। ਸਵਾਦ ਤਾਂ ਹੈ ਕਿ ਸਿਟਿੰਗ ਹੋਵੇ ਸੁਪਰੀਮ ਕੋਰਟ ਦਾ, ਹਾਈ ਕੋਰਟ ਦਾ ਜੱਜ, ਉਹਨੂੰ ਜਿਹਨੂੰ ਪਤਾ ਵੀ ਹੋਵੇ ਮੈਂ ਤਾਂ ਕਿਉਂ ਬੈਠਾ।